बिस्मिल्लाहिर्रहमानिर्रहीम अस्सलाम असलकुम दोस्तों आप देख रहे हैं एतमाद टीवी और मैं हूँ आपका दोस्त मंजूर अहमद <laughs> दोस्तों अज तो ते वे लैके हाज़र हो एक माशाल्लाह बड़ा ही खूबसूरत मोटा ताज़ा तो सौखा बुल ईद अजहा वास्ते बुल लैके हाज़र होड्रैस इस इन्हों इस तरह है कि चक नंबर एक सौ उन गे ਨਜ਼ਦੀਕ ਥਾਣਾ ਮੋਚੀ ਵਾਲਾ ਜ਼ਿਲ੍ਹਾ ਝੰਗ ਮੋਚੀ ਵਾਲਾ ਥਾਣਾ 169 ਪਿੰਡ ਜ਼ਿਲ੍ਹਾ ਝੰਗ ਜਿੱਥੋਂ ਦਾ ਇਹ ਤੁਹਾਨੂੰ ਆਪਣਾ ਕੁਰਬਾਨੀ ਵਾਸਤੇ ਇੱਕ ਵਿਹੜਾ ਇੱਕ ਬੱਚਾ ਦਿਖਾ ਰਹੇ ਆ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਬੱਚਾ ਕੱਦ ਵਾਲਾ ਵੇਲ ਵਾਲਾ ਮੋਟਾ ਤਾਜ਼ਾ ਤੇ ਸੋਖਾ ਬੱਚਾ ਜੇ ਇਹ ਸਾਡੇ ਬੜੇ ਹੀ ਪਿਆਰੇ ਦੋਸਤਾਂ ਨ ਭਾਈਆਂ ਇਹ ਉਹਨਾਂ ਨੇ ਸਾਨੂੰ ਚ ਇੱਕ ਸਮੇਂ ਲੋਕ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜਾਂ ਸਾਡੇ ਵਾਸਤੇ ਅਜ਼ੀਜ਼ ਹਨ ਉਹਨਾਂ ਨੇ ਸਾਨੂੰ ਕਿਹਾ ਕਿ ਉਹਨਾਂ ਦੀ ਵੀਡੀਓ ਲਗਾ ਦੇ ਲਗਾ ਦੇ ਉਹਨਾਂ ਨੇ ਸਾਡੇ ਨੂੰ ਵੀਡੀਓ ਭੇਜੀ ਹੈ ਵੀਡੀਓ ਉਹਨਾਂ ਦੀ ਲਗਾ ਰਹੇ ਆ ਜੰਗ ਦੇ ਨਜ਼ਦੀਕ ਉਹਨਾਂ ਦਾ ਗਾਉਂ ਹੈ ਥਾਣਾ ਮੋਚੀ ਵਾਲਾ ਅਗਰ ਕੋਈ ਦੋਸਤ ਪਸੰਦ ਕਰਦਾ ਹੈ ਨੰਬਰ ਉਹਨਾਂ ਦਾ 0344 79505 7950563 ਨੰਬਰ ਇਹ ਉਹਨਾਂ ਦਾ ਅਗਰ ਕਿਸੇ ਦੋਸਤ ਨੂੰ ਪਸੰਦ ਆਂਦਾ ਹੈ ਤਾਂ ਇਹਨਾਂ ਦੇ ਨਾਲ ਰਾਬਤਾ ਕਰ ਸਕਦਾ ਹੈ ਉਸ ਤੋਂ ਬਾਅਦ ਇਹਦੀ ਡਿਟੇਲ ਇਸ ਤਰ੍ਹਾਂ ਹੈ ਕਿ ਅੱਛਾ ਬਾਈ ਦਾ ਨਾਮ ਸੀ ਮੁਹੰਮਦ ਨਦੀਮ ਮਾਦਰਤ ਨਾਮ ਦੱਸਣਾ ਬੁਲਕੇ ਮੁਹੰਮਦ ਨਦੀਮ ਬਾਈ ਦਾ ਨਾਮ ਹੈ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਵਜ਼ਨ ਇਹਦਾ 7.5 ਮਣ ਤੋਂ ਤਕਰੀਬਨ 8 ਮਣ ਦੇ ਕਰੀਬ ਹੈ ਮਾਸ਼ਾਅੱਲਾ ਬੜਾ ਹੀ ਕੱਦ ਵਾਲਾ ਸੋਨਾ ਵੇਲ ਵਾਲਾ ਦਾੰਦੇ 7.5 ਮਣ ਤੋਂ 8 8 ਮਣ ਦੇ ਕਰੀਬ ਇਹਦਾ ਵਜ਼ਨ ਨੇ ਔਰ ਮਾਸ਼ਾਅੱਲਾ ਕਾਲਾ ਸਿਆਹ ਰੰਗ ਹੈ ਕਾਲਾ ਮੁਸ਼ਕਾ ਜਿਹਨੂੰ ਆਪਾਂ ਬੋਲਦੇ ਮਾਸ਼ਾਅੱਲਾ ਰੰਗ ਹੈ ਬਾਕੀ ਸੀਲ ਸੋ ਵੀ ਹੈ ਤੁਸੀਂ ਦੇਖ ਰਹੇ ਹੋ Eid ul Azha ਵਾਸਤੇ ਬਿਲਕੁਲ ਮਤਲਬ ਕਿ ਕੋਈ ਐਬ ਨਹੀਂ ਹੈ ਕੋਈ ਕਿਸਾ ਕਿਸਮ ਦਾ ਦਾਗ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਔਰ ਮਾਸ਼ਾਅੱਲਾ ਚੰਗਾ ਤਗੜਾ ਹੈ ਸਾਡੇ 7 ਮਨ ਤੋਂ 8 ਮਨ ਦੇ ਦਰਮਿਆਨ ਇਹਦਾ ਵਜ਼ਨ ਨੇ ਤੇ ਬਾਕੀ ਹੈ ਇਸ ਤਰ੍ਹਾਂ ਹੈ ਕਿ ਇਹਦੀ ਡਿਮਾਂਡ ਜਿਹੜੀ ਮਾਲਕ ਕਰ ਰਹੇ ਨਾ ਬਾਈ ਨਦੀਮ ਨੇ ਡਿਮਾਂਡ ਇਹਦੀ 2 ਲੱਖ ਰੁਪਏ ਦੱਸੀ ਹੈ 2 ਲੱਖ ਰੁਪਏ ਡਿਮਾਂਡ ਹੈ ਔਰ ਉਮੀਦ ਹੈ ਕਿ ਇਨਸ਼ਾਅੱਲਾ ਅਗਰ ਕੋਈ ਦੋਸਤ ਕੋਈ ਬਾਈ ਰਾਬਤਾ ਕਰਦਾ ਹੈ ਤੇ ਜ਼ਰੂਰ ਇਹਦੇ ਵਿੱਚੋਂ ਪਿਆਰ ਮੁਹੱਬਤ ਕਰਨਗੇ ਅਸੀਂ ਵੀ ਇਨਸ਼ਾਅੱਲਾ ਕਵਾਂਗੇ ਤੁਸੀਂ ਵੀ ਕੋਸ਼ਿਸ਼ ਕਰਨੀ ਹੈ ਜ਼ਰੂਰ ਇਨਸ਼ਾਅੱਲਾ ਪਿਆਰ ਮੁਹੱਬਤ ਕਰਨਗੇ ਅਗਰ ਕੋਈ ਬਾਈ ਪਸੰਦ ਕਰਦਾ ਤਾਂ ਬਾਈ ਨਦੀਮ ਦੇ ਨਾਲ ਰਾਬਤਾ ਕਰ ਸਕਦਾ ਹੈ ਬੜੇ ਮਾਸ਼ਾਅੱਲਾ ਖੂਬਸੂਰਤ ਔਰ ਪਿਆਰਾ ਦਾੰਦੇ ਅੱਗੇ ਨਸੀਬ ਮੁਕੱਦਰ ਦੀ ਗੱਲ ਹੈ ਕਿ ਕਿਦੇ ਨਸੀਬ ਵਿੱਚ ਹੈ ਅੱਲਾ ਪਾਕ ਦੇ ਆ ঈদের ਅਜ਼ਹਾ ਦੀ ਕੁਰਬਾਨੀ ਅਗਰ ਕੋਈ ਦੋਸਤ ਕਰਦਾ ਤੇ ਉਹ ਕਿਤੇ ਕਬੂਲ ਫਰਮਾਏ ਔਰ ਅਗਰ ਕੋਈ ਦੋਸਤ ਗਰ ਫਾਰਮ ਵਾਸਤੇ ਰੱਖਣਾ ਚਾਹੁੰਦਾ ਤੇ ਉਹ ਵੀ ਮਾਸ਼ਾਅੱਲਾ ਇੱਕ ਆਲਾ نسل ਦਾ ਵੜਾ ਦਾੰਦੇ ਸੇਲ ਸੋਹ ਹੈ ਦੋਸਤੋ ਦੇਖ ਰਹੇ ਤੁਸੀਂ ਮਾਸ਼ਾਅੱਲਾ ਜਿਸ ਤਰ੍ਹਾਂ ਮਰਜ਼ੀ ਨੂੰ ਪਕੜ ਕੇ ਉਹਦੇ ਮੂੰਹ ਚਾਤ ਪਾਇਆ ਹੋਇਆ ਜੋ ਚੀਜ਼ ਮਰਜ਼ੀ ਖਿਲਾਨਾ ਚਾਹੁੰਦੇ ਹੋ ਤੁਸੀਂ ਖਿਲਾ ਸਕਦੇ ਹੋ ਤੇ ਬੜਾਈ ਮਾਸ਼ਾਅੱਲਾ ਖੂਬਸੂਰਤ ਹੈ ਅੱਲਾ ਪਾਕ ਨੂੰ ਮਜ਼ੀਦ ਤਗੜਾ ਕਰੇ ਅੱਲਾ ਪਾਕ ਦੀ ਕੁਰਬਾਨੀ ਕਬੂਲੋ ਮਨਜ਼ੂਰ ਫਰਮਾਏ ਉਸ ਬਾਅਦ ਦੋਸਤੋ ਸਾਡੀ ਰਿਕਵੈਸਟ ਤੁਹਾਡੇ ਦੋਸਤਾਂ ਦਾ ਨਾਲ ਅਸੀਂ ਸਫ਼ਰ ਕਰਕੇ ਅਸੀਂ ਤੁਹਾਡੇ ਵਾਸਤੇ ਤਕੋਦੋ ਕਰਦੇ ਹਾਂ ਮਿਹਨਤ ਕਰਦੇ ਹਾਂ ਸਾਡੀ ਮਿਹਨਤ ਦਾ ਫਲ ਸਾਡੀ ਮਿਹਨਤ ਦਾ ਸਿਲਾ ਤੁਹਾਡੇ ਦੋਸਤਾਂ ਦੇ ਇੱਕ ਬਟਨ ਤੇ ਕਲਿਕ ਨਾਲ ਹੈ ਆਪਣੇ ਦੋਸਤਾਂ ਨੂੰ ਵੀ ਰਿਕਵੈਸਟ ਕਰਨੀ ਹੈ ਔਰ ਆਪਣੇ ਦੋਸਤਾਂ ਨਾਲ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਖੁਦ ਵੀ ਲਾਈਕ ਕਰਨਾ ਹੈ ਕਮੈਂਟ ਕਰਨ ਔਰ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਣਾ ਹੈ ਆ ਸਬਸਕ੍ਰਾਈਬ ਵੀ ਕਰਨਾ ਹੈ ਔਰ ਨਾਲ ਲੱਗੇ ਬੈਟ ਲਾਈਕਨ ਤੇ ਬਟਨ ਨੂੰ ਜ਼ਰੂਰ ਦਬਾਣਾ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ ਅੱਲਾਹ ਹਾਫਿਜ਼